ਅੱਜਕੱਲ੍ਹ ਪਾਰਟ ਕੀ ਟਾਈਮ ਵੀ ਕਰਦੇ? ਮੈਂ ਕੰਮ ਕਰਦਾ ਅੱਛਾ ਜੀ, ਤਾਂ ਜੀ। ਇਹ ਉੱਥੇ ਤੁਸੀਂ ਯੂਨੀਵਰਸਿਟੀ ਦੇ ਵਾਰਿਕ ਯੂਨੀਵਰਸਿਟੀ ਦੇ ਵਿੱਚ ਪੜ੍ਹਾਇਆ ਸੀ ਹੈ ਨਾ, ਕਿਹੜਾ ਸਬਜੈਕਟ ਪੜ੍ਹਾਉਂਦੇ ਸੀ ਭਾਜੀ? ਥਰੀ ਦਾ ਇਤਿਹਾਸ। ਇਤਿਹਾਸ। ਅੱਛਾ ਜੀ, ਹਾਂਜੀ ਵੈਰੀ ਗੁੱਡ ਵੈਰੀ ਜੀ। ਗੁੱਡ। ਤੁਸੀਂ ਬਰਮਿੰਘਮ 'ਚ ਰਹਿੰਦੇ ਜਾਂ ਕਿੱਥੇ ਰਹਿੰਦੇ ਹੋ? ਵੱਡੇ ਜੀ ਮੈਂ ਇੱਥੇ ਰਗਬੀ ਰਹਿੰਦਾ ਜੀ। ਤੁਸੀਂ ਬਰਮਿੰਘਮ ਵਿੱਚ ਆ? ਹਾਂਜੀ ਭਾਜੀ, ਮੈਂ ਬਰਮਿੰਘਮ 'ਚ ਆ ਅੱਛਾ ਐਕਚੁਲੀ। ਮੈਂ ਵੀ ਲੰਡਨ ਦੇ ਵਿੱਚ ਪੜ੍ਹਾਇਆ ਹੈਗਾ, 12 ਸਾਲ ਪੜ੍ਹਾਇਆ ਹੈਗਾ ਆ, ਰਾਈਟ ਰਾਈਟ। ਐਂਡ ਦੈਨ ਆਈ ਬਰਮਿੰਘਮ ਮੂਵਡ ਤੁਸੀਂ ਇਨ ਟੂ ਕਿਹੜੇ ਵਿੱਚ ਆ? ਬਰਮਿੰਘਮ। ਹਾਂਜੀ ਬਰਮਿੰਘਮ ਤੁਸੀਂ ਕਿੱਥੇ ਆ? ਚਲੋ ਨੈਣ ਦਾ ਏਰੀਆ ਦੱਸੇ ਦੀ ਲੋੜ ਨਹੀਂ। ਮੈਂ ਤਾਂ ਹਾਂਜੀ, ਬਰਮਿੰਘਮ ਮੋਲ ਰਹਿੰਦਾ ਆ, ਮੈਂ ਨਾਨਕ ਦਰਬਾਰ ਆਉਂਦਾ ਹੁੰਦਾ ਆ ਕਦੀ ਕਿਹੜੇ ਕਦੀ। ਦਰਬਾਰ ਹੈ ਭਾਜੀ? ਨਾਨਕ ਦਰਬਾਰ ਸੋਲੀਹਲ ਓ ਅੱਛਾ ਜੀ, ਠੀਕ ਹੈ ਜੀ, ਜੀ। ਠੀਕ ਹਾਂਜੀ, ਹੈ। ਉੱਥੇ ਉਹਨਾਂ ਨਾਲ ਜਾਂ ਫਿਰ ਮੈਂ ਬਾਬਾ ਸ਼ਹੀਦਾਂ ਦੇ ਉਹਨਾਂ ਨਾਲ ਬੂਥ ਸਟਰੀਟ, ਤੁਸੀਂ ਉਹ ਅੱਛਾ ਵੀ ਜੀ, ਦੇਖਿਓ। ਹਾਂਜੀ, ਜਾਂ ਅੱਛਾ ਉੱਥੇ ਜੀ, ਉਹਨਾਂ ਠੀਕ ਹੈ ਜੀ। ਉੱਥੇ ਉਹ ਬੂਥ ਗੱਤਕੇ ਸਟਰੀਟ ਦੀ ਦੇ ਲਾਗੇ ਹੈਗਾ ਆ ਜਿਹੜਾ ਹੈਗਾ ਆ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ। ਜੀ। ਹਾਂਜੀ, ਉੱਥੇ ਗੱਤਕੇ ਦੀਆਂ ਕਲਾਸਾਂ ਹੁੰਦੀਆਂ, ਮੈਂ ਗੱਤਕਾ ਕਰਦਾ ਹੁੰਦਾ ਸੀਗਾ ਤੇ ਉੱਥੇ ਵੈਰੀ ਮੈਂ ਕਦੇ ਗੁੱਡ, ਗਿਆ ਹੁੰਦਾ। ਗੱਤਕੇ ਦੇ ਬਾਹਰ ਆ ਫਿਰ ਤੁਸੀਂ ਹੈ ਨਾ? ਨਹੀਂ, ਕਾਫੀ ਚਿਰ ਹੋ ਗਿਆ ਜਦੋਂ ਉਦੋਂ ਕਰਦਾ ਹੁੰਦਾ ਸੀਗਾ ਜੀ। ਅੱਛਾ, ਹੋ ਸਕਦਾ ਜੀ ਆਪਾਂ ਕਿਤੇ ਮਿਲੇ ਵੀ ਹੋਣ। ਐਕਚੁਅਲੀ ਚਲੋ, ਮੈਂ ਸੋਹਰ ਵੀ ਗੁਰਦੁਆਰੇ ਗਿਆ ਕਈ ਵਾਰੀ, ਜੀ 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 ਹੋ ਇਟਸ ਸਕਦਾ ਵੈਰੀ ਆਪਾਂ। ਨਾਈਸ, ਵੈਰੀ ਜੀ ਨਾਈਸ ਜੀ ਭਾਜੀ, ਤੁਸੀਂ ਵੈਲ ਮੈਂ ਵੀ ਐਜੂਕੇਟਿਡ ਬੰਦੇ ਹੈਗੇ ਆ, ਕਾਫੀ ਹਾਈਲੀ ਐਜੂਕੇਟਿਡ ਆ, ਵਿਚ ਇਜ਼ ਵੈਰੀ ਵੈਰੀ ਗੁੱਡ। ਐਂਡ ਬਾਈ ਜੋ ਤੁਸੀਂ ਸ਼ੇਅਰ ਕਰ ਰਹੇ ਸਾਰਿਆਂ ਨਾਲ ਨਾ, ਇਹ ਵਿਰਲੇ ਵਿਰਲੇ ਹੀ ਆ ਜਿਹੜੇ ਸ਼ੇਅਰ ਕਰ ਸਕਦੇ ਹੈਗੇ ਆ। ਇੱਕ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਿਸਟਮ ਕਿੱਦਾਂ ਚੱਲਦਾ, ਦੂਜੇ ਪਾਸੇ ਨੌਲੇਜ ਚਾਹੀਦੀ ਹੈਗੀ, ਤੀਸਰੇ ਪਾਸੇ ਉਹਨਾਂ ਨੂੰ ਪ੍ਰੇਮ ਚਾਹੀਦਾ ਹੈਗਾ, ਪਿਆਰ। ਰਾਈਟ ਰਾਈਟ ਰਾਈਟ। ਅਸਲ ਵਿੱਚ ਇਹ ਸਾਰਾ ਕੁਛ ਹੈ ਨਾ, ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਹੇ ਸੀ ਨਾ, ਸਾਨੂੰ ਸਾਰਾ ਕੁਛ ਉਹ ਬੇਸਿਕ ਸਾਨੂੰ ਉਹ ਮਿਲਦਾ ਆ, ਹੈ ਨਾ। ਤਾਂ ਜੇ ਅਸੀਂ ਬੇਸਿਕ ਨੂੰ ਸਮਝੀਏ, ਪਰ ਉਹਦੇ ਵਿੱਚ ਬੜੀ ਹਾਈਲੀ ਜਿਹੜੀ ਸਾਡੇ ਸਾਡੇ ਲਈ ਜਿਹੜੀ ਸਾਡੇ ਲਈ ਰਿਕਮੈਂਡ ਕੀਤੀਆਂ ਗਈਆਂ ਚੀਜ਼ਾਂ, ਉਹਨੂੰ ਅਸੀਂ ਲੈਂਦੇ ਨਹੀਂ ਵੀ ਠੀਕ ਹੈ, ਐਜ਼ ਅ ਗ੍ਰਾਂਟਿਡ, ਹੈ ਨਾ। ਅਸੀਂ ਉਹਨੂੰ ਉਸ ਹਿਸਾਬ ਨਾਲ ਨਹੀਂ ਲੈਂਦੇ ਜਿਸ ਹਿਸਾਬ ਨਾਲ ਗੁਰੂ ਸਾਨੂੰ ਕਹਿ ਰਿਹਾ, ਗੁਰੂ ਸਾਹਿਬ ਸਾਨੂੰ ਪਾਤਸ਼ਾਹ ਕਹਿ ਰਿਹਾ ਨਾ। ਤਾਂ ਉਹਨੂੰ ਜਦੋਂ ਅਸੀਂ ਹਰੇਕ ਚੀਜ਼ ਨੂੰ ਪੜ੍ਹਦੇ ਆ, ਹਰੇਕ ਚੀਜ਼ ਨੂੰ ਕਹਿੰਦੇ ਆ, ਤਾਂ ਵਿਚਾਰ ਜਿਹੜੇ ਆ ਉਹ ਆਪਣੇ ਆਪ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਆ, ਹੈ ਨਾ। ਤੇ ਹਾਂਜੀ ਉਹਦੇ ਲਈ ਸਾਨੂੰ ਜ਼ਿਆਦਾ ਜੱਦੋ ਜਹਿਦ ਨਹੀਂ ਕਰਨੀ ਪੈਂਦੀ। ਹਾਂਜੀ ਹਾਂਜੀ, ਬਿਲਕੁਲ ਜੀ, ਅੱਜ ਜੀ ਪ੍ਰਿੰਸ ਜੀ, ਉਸੇ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।